ਜੋ ਅਸੀਂ ਆਪਣੇ ਹੱਥਾਂ ਨਾਲ ਪਾਰਟੀ ਖੜੀ ਸੀ ਕਰੀ ਸੀਗੀ, ਉਹ ਇਹਨਾਂ ਕੁਛ ਕੁਰਸੀ ਦੇ ਲਾਲਚੀ ਲੀਡਰਾਂ ਨੇ ਖਤਮ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਵੱਡੇ ਵੱਡੇ ਝਟਕੇ ਵੀ ਲੱਗ ਰਹੇ ਨੇ। ਹੁਣ ਅਮਰਜੀਤ ਸਿੰਘ ਸੰਦੋਆ ਦੇ PA ਜਸਪਾਲ ਸਿੰਘ ਪਾਲੀ ਵੱਲੋਂ ਅਮਰਜੀਤ ਸਿੰਘ ਸੰਦੋਆ ਨੂੰ ਝਟਕਾ ਦਿੱਤਾ ਗਿਆ। ਦੱਸ ਦਈਏ ਕਿ ਸੰਦੋਆ ਹਮਲੇ ਮਾਮਲੇ ਤੋਂ ਬਾਅਦ ਚਰਚਾ ਵਿੱਚ ਆਉਣ ਵਾਲੇ ਜਸਪਾਲ ਪਾਲੀ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਜਾ ਵੜੇ ਨੇ। ਜਸਪਾਲ ਪਾਲੀ ਵੱਲੋਂ ਰੋਪੜ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਵਰਿੰਦਰ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਕਾਂਗਰਸ ਨੂੰ ਜੁਆਇਨ ਕੀਤਾ ਗਿਆ। ਜਸਪਾਲ ਪਾਲੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਗ੍ਰਹਿ ਸੰਕਟ ਛਿੜਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਹੁਣ ਪਹਿਲਾਂ ਵਰਗੀ ਪਾਰਟੀ ਨਹੀਂ ਰਹੀ। ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜੋ ਗ੍ਰਹਿ ਯੁੱਧ ਚੱਲ ਰਿਹਾ, ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ ਅਤੇ ਹੋਰ ਵੀ ਪਾਰਟੀ ਦੇ ਬਹੁਤ ਸਾਰੇ MLA ਜਾਂ ਹੋਰ ਵੱਡੇ ਅਹੁਦੇਦਾਰ ਪੰਜਾਬ ਲੈਵਲ ਦੇ, ਉਹ ਇੱਕ ਕੁਰਸੀ ਦੀ ਦੌੜ ਵਿੱਚ ਸੀਮਤ ਹੋ ਕੇ ਰਹਿ ਗਏ ਹੈ, ਅਤੇ ਜਿਸ ਦੇ ਨਾਲ ਆਮ ਪਾਰਟੀ ਦੇ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੇ ਇੱਕ ਪੋਸਟਰ ਲਗਾਉਣ ਦੀ ਸੇਵਾ ਨਿਭਾਈ ਆਮ ਆਦਮੀ ਪਾਰਟੀ ਦੇ ਟੀਮ ਦੇ ਨਾਲ, ਅਤੇ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਦੁੱਖ ਵੀ ਲੱਗਿਆ, ਧੱਕਾ ਵੀ ਲੱਗਿਆ। ਜੋ ਅਸੀਂ ਆਪਣੇ ਹੱਥਾਂ ਨਾਲ ਪਾਰਟੀ ਖੜੀ ਸੀ ਕਰੀ ਸੀਗੀ, ਉਹ ਇਹਨਾਂ ਕੁਛ ਕੁਰਸੀ ਦੇ ਲਾਲਚੀ ਲੀਡਰਾਂ ਨੇ ਖਤਮ ਕਰ ਦਿੱਤੀ ਹੈ, ਅਤੇ ਅੱਜ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਸਰਦਾਰ ਵਰਿੰਦਰ ਸਿੰਘ ਢਿੱਲੋਂ ਅਤੇ ਸਾਡੇ ਵੱਡੇ ਭਰਾ ਨਰਿੰਦਰ ਬੱਗਾ ਜੀ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕਰ ਰਿਹਾ, ਅਤੇ ਮੈਂ ਬਹੁਤ ਖੁਸ਼ ਹੋਇਆ। ਇਹਨਾਂ ਦਾ ਸੰਦੋਆ ਸਾਹਿਬ ਤੁਹਾਨੂੰ ਛੋਟਾ ਭਰਾ ਵੀ ਸਮਝਦੇ ਸੀ, ਤੁਸੀਂ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ PA ਵੀ ਲਗਾਇਆ ਸੀ, ਹਾਂ ਪਾਰਟੀ ਤੁਸੀਂ ਜ਼ਰੂਰ ਛੱਡ ਦਿੱਤੀ, ਕਿਉਂਕਿ ਸੰਦੋਆ ਸਾਹਿਬ ਨੂੰ ਵੀ ਤੁਸੀਂ ਛੱਡ ਰਹੇ ਹੋ? ਨਹੀਂ ਵੀਰ, ਇਹਦੇ ਵਿੱਚ ਸੰਦੋਆ ਸਾਹਿਬ ਦੀ ਜਿਹੜੀ ਗੱਲ ਹੈਗੀ ਹੈ ਭਰਾ ਦੀ, ਅਤੇ ਉਹਨਾਂ ਦੇ ਨਾਲ ਮੈਂ ਕੋਈ ਆਪਣਾ ਤੁਹਾਨੂੰ ਜੋ ਵੀ ਗੱਲਬਾਤ ਹੈਗੀ ਹੈ ਉਹ ਸੰਦੋਆ ਸਾਹਿਬ ਵੀ ਮੇਰੇ ਨਾਲੋਂ ਜ਼ਿਆਦਾ ਕਲੀਅਰਟੀ ਤੁਹਾਨੂੰ ਦੱਸ ਸਕਦੇ ਹੈ। ਕਿਆ ਕੋਈ ਵਿਵਾਦਿਕ ਮਾਮਲਾ ਸੰਦੋਆ ਸਾਹਿਬ ਨਾਲ ਵੀ ਤੁਹਾਡਾ ਸੀ? ਨਹੀਂ, ਮੇਰਾ ਐਵੇਂ ਦਾ ਕੋਈ ਉਹਨਾਂ ਨਾਲ ਵਿਵਾਦਿਕ ਮਾਮਲਾ ਨਹੀਂ ਸੀਗਾ। ਸੋ ਜੋ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਪਤਾ ਹੈ, ਹੋਰ ਲੋਕਾਂ ਨੂੰ ਵੀ ਪਤਾ ਹੈ, ਜੋ ਘਟਨਾਵਾਂ ਵਾਪਰੀਆਂ ਉਹਨਾਂ ਦੇ ਦੌਰਾਨ ਜੋ ਕੋਈ ਮੇਰਾ ਉਹਨਾਂ ਦੇ ਨਾਲ ਕੋਈ ਮਤਭੇਦ ਨਹੀਂ ਸੀਗਾ। ਉਹ ਜੋ ਵੀ ਕੋਰਟ ਕੇਸ ਚੱਲ ਰਹੇ ਨੇ, ਮੈਂ ਉਹ ਆਪਣੀ ਪੂਰੀ ਜ਼ੋਰ ਲਾਵਾਂਗਾ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਵੀ, ਅਤੇ ਮੈਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਪਾਰਟੀ ਨਹੀਂ ਛੱਡ ਰਿਹਾ। ਸਿਰਫ ਪਾਰਟੀ ਦੀਆਂ ਜੋ ਗ੍ਰਹਿ ਯੁੱਧ ਚੱਲ ਰਿਹਾ ਹੈ, ਕੁਰਸੀ ਦਾ ਰਾਹ 'ਚ ਚੱਲ ਰਿਹਾ, ਉਸ ਵਜ੍ਹਾ ਦੇ ਨਾਲ ਅੱਜ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰੀ। ਜਸਪਾਲ ਪਾਲੀ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹੌਲੀ ਹੌਲੀ ਹੁਣ ਕਾਂਗਰਸ ਵਿੱਚ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਅਤੇ ਆਮ ਆਦਮੀ ਪਾਰਟੀ ਦਾ ਭੇਦ ਖੁੱਲ੍ਹਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹੋਰ ਆਗੂ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਨੇ। ਪਾਲੀ ਜੀ ਨੇ ਨਾਲ CYSS ਦੇ ਪ੍ਰਧਾਨ ਵੀ ਆ, ਆਪਣਾ ਕੀ ਕਹਿੰਦੇ ਲੱਖਣ ਵੀ ਆ, ਕਾਕੂ ਵੀ ਆ ਮੁੰਡਾ, ਜਿਹੜਾ ਬੇਸਿਕਲੀ ਯੂਥ ਕਲੱਬ ਦਾ ਪ੍ਰਧਾਨ ਵੀ ਆ ਥਾਣੇ ਪਿੰਡ ਦੇ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਇਹ ਮੈਂ ਇਹਦੇ ਵਿੱਚ ਜੋ ਲੋਕਾਂ 'ਚ ਇੱਕ ਮੋੜਾ ਪੈ ਰਿਹਾ ਵਾ, ਜਿਹੜੇ ਲੋਕ ਪਿਛਲੀ ਵਾਰ ਬਹਿ ਗਏ ਸੀ ਜਿਹਦੇ ਕਰਕੇ ਅਸੀਂ ਹਾਰੇ ਵੀ, ਸੋ ਉਹ ਵਾਪਸੀ ਹੋ ਰਹੀ ਆ ਉਹ ਲੋਕਾਂ ਦੀ, ਔਰ ਅਸੀਂ ਇਹੀ ਸਮਾਂ ਹੁੰਦਾ ਵਾ ਜਦੋਂ ਲੋਕਾਂ ਨੂੰ ਵਾਪਸ ਕਰਾਉਣ ਦਾ ਸਹੀ ਸਮਾਂ ਹੁੰਦਾ ਵਾ। ਬੜੀ ਦੇਰ ਤੋਂ ਗੱਲਬਾਤ ਚੱਲਦੀ ਪਈ ਸੀ, ਸੋ ਹੁਣ ਉਹ ਸਮੇਂ ਦੇ ਵਿੱਚ, ਕਿਉਂਕਿ ਆਮ ਆਦਮੀ ਕਿਤੇ ਨਾ ਕਿਤੇ ਆਪਣਾ ਪੰਜਾਬ ਵਿੱਚ ਆਧਾਰ ਖਤਮ ਕਰ ਰਹੀ ਆ, ਔਰ ਲੋਕਾਂ ਦੀ ਜੋ ਆਸਾਂ ਉਮੀਦਾਂ ਸੀਗੀਆਂ ਉਹ ਇੱਕ ਵਾਰ ਕਿਤੇ ਨਾ ਕਿਤੇ ਉਹਨਾਂ ਨਾਲ ਜਾ ਕੇ ਇੱਕ ਵਾਰ ਬਹਿ ਗਏ, ਇੱਕ ਵਾਰ ਉਹਨਾਂ ਨੇ ਜਿੱਥੇ ਜਿੱਥੇ ਕਈ ਜਗ੍ਹਾ ਬੇਵਕੂਫ ਬਣਾਉਣ ਵਿੱਚ ਸ਼ਾਮਿਲ ਹੋਏ, ਕਿਉਂਕਿ ਇਹਨਾਂ ਦੇ ਕੋਲ ਡਰਾਮੇਬਾਜ਼ੀ ਕਰਨ ਦਾ ਬਹੁਤ ਵੱਡਾ ਇੱਕ ਤਰ੍ਹਾਂ ਤੋਂ ਤਰੀਕਾ ਵੀ ਆ, ਔਰ ਉਹਨਾਂ ਨੂੰ ਆਉਂਦਾ ਵੀ ਆ ਉਹ ਕੰਮ ਕਰਨਾ। ਸੋ ਸਮਾਂ ਘੱਟ ਕਰਨ, ਉਦੋਂ ਉਸ ਸਮੇਂ ਜਦੋਂ ਮੈਨੂੰ ਟਿਕਟ ਮਿਲੀ ਉਦੋਂ ਸਮਾਂ ਘੱਟ ਸੀਗਾ, ਉਦੋਂ ਅਸੀਂ ਇਹ ਚੀਜ਼ਾਂ ਕਰ ਨਹੀਂ ਸਕੇ। ਸੋ ਹੁਣ ਲੋਕ ਉਸ ਤਰੀਕੇ ਨਾਲ ਮੋੜਾ ਪਾ ਰਹੇ, ਔਰ ਮੈਨੂੰ ਲੱਗਦਾ ਵੀ ਪਾਲੀ ਵਰਗੇ ਨੌਜਵਾਨ ਜਿਨ੍ਹਾਂ ਨੇ ਆਮ ਆਦਮੀ ਨੂੰ ਖੜਾ ਕੀਤਾ ਇਸ ਹਲਕੇ ਦੇ ਵਿੱਚ, ਇਹਨਾਂ ਨੇ ਆਮ ਕਾਂਗਰਸ ਪਾਰਟੀ ਨੂੰ ਵੀ ਬਹੁਤ ਬਲ ਮਿਲੇਗਾ। ਆਮ ਆਦਮੀ ਪਾਰਟੀ ਦੇ ਵਿੱਚ ਬੇਸ਼ੱਕ ਜਸਪਾਲ ਸਿੰਘ ਪਾਲੀ ਨੂੰ ਕੋਈ ਅਹੁਦਾ ਤਾਂ ਨਹੀਂ ਮਿਲਿਆ ਹੋਇਆ ਸੀ,
ਪਰ ਅਮਰਜੀਤ ਸਿੰਘ ਸੰਧੂਆ ਦਾ ਪੀਏ ਹੋਣ ਕਾਰਨ ਜਸਪਾਲ ਪਾਲੀ ਦਾ ਕਾਂਗਰਸ ਵਿੱਚ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਵਿਰੋਧੀਆਂ ਵੱਲੋਂ ਹੁਣ ਹਮਲੇ ਵੀ ਕੀਤੇ ਜਾ ਰਹੇ ਨੇ। ਰੋਪੜ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।